ਮੇਰਾ ਖਿਆਲ ਆ ਕਿ ਜਿਸ ਤਰੀਕੇ ਨਾਲ ਸਰਕਾਰਾਂ ਪੰਥ ਦੇ ਪੇਸ਼ ਆਈਆਂ ਨੇ ਜੀ, ਅੱਜ ਤੁਸੀਂ ਨੌਜਵਾਨ ਦੀ ਖਾਸ ਕਰਕੇ ਆਵਾਜ਼ ਸੁਣੋ, ਕਿਸਾਨ ਦੀ ਆਵਾਜ਼ ਸੁਣੋ, ਅੱਜ ਤੁਸੀਂ ਪੰਥਕ ਲੋਕਾਂ ਦੀ ਆਵਾਜ਼ ਸੁਣੋ ਜਿਹੜੇ ਬਾਣੀ ਤੇ ਬਾਣੇ ਨਾਲ ਜੁੜੇ ਹੋਏ ਨੇ ਜੀ। ਉਹਨਾਂ ਨੇ ਆਪਣਾ ਫੈਸਲਾ ਕਰ ਲਿਆ, ਉਹਨਾਂ ਨੇ ਫੈਸਲਾ ਕਰ ਲਿਆ ਕਿ ਕਿਉਂ ਨਾ ਕਿਸੇ ਦੀਆਂ ਸਰਕਾਰਾਂ ਦੇ ਅੱਗੇ ਧਰਨੇ ਲਾਉਣ ਤੋਂ ਪਹਿਲਾਂ ਜੀ, ਮੋਰਚੇ ਲਾਉਣ ਤੋਂ ਪਹਿਲਾਂ, ਇਨਸਾਫ ਮੰਗਣ ਤੋਂ ਪਹਿਲਾਂ ਜੀ, ਅਸੀਂ ਕਿਉਂ ਨਾ ਆਪਣੀ ਪਾਵਰ ਆਪਣੇ ਹੱਥ ਵਿੱਚ ਲਈਏ ਜੀ, ਤੇ ਇੱਕ ਪੰਥਕ ਜਿਹੜੀ ਲਹਿਰ ਆ ਉਹ ਚੱਲ ਰਹੀ ਹੈ। ਮੈਂ ਵੀ ਇਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕੀਤੀ ਹੈ ਔਰ ਅਪੀਲ ਕੀਤੀ ਹੈ ਸਮੁੱਚੇ ਪੰਜਾਬ ਵਾਸੀਆਂ ਨੂੰ ਕਿ ਜਿਹੜਾ ਪੰਥਨ ਆ ਜੀ, ਇਹ ਕੋਈ ਹਵਾ ਨਹੀਂ ਹੈ ਜਿਹੜਾ ਏਜੰਸੀਆਂ ਨੇ ਬਣਾ ਦਿੱਤਾ। ਪੰਥ ਨੇ ਹਮੇਸ਼ਾ ਚੜ੍ਹਦੀ ਕਲਾ ਵਾਸਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ। ਪਿਛਲਾ ਇਤਿਹਾਸ ਚੁੱਕ ਲਓ, ਬਾਬਾ ਬੰਦਾ ਸਿੰਘ ਦਾ ਰਾਜ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਕਿਸੇ ਧਰਮ ਨੂੰ ਅਣਗੌਲਿਆ ਨਹੀਂ ਕੀਤਾ ਗਿਆ, ਕਿਸੇ ਗਰੀਬ ਨੂੰ ਅਣਗੌਲਿਆ ਨਹੀਂ ਕੀਤਾ ਗਿਆ, ਸਾਰਿਆਂ ਨੂੰ ਇਨਸਾਫ ਮਿਲਿਆ। ਸੋ ਪਹਿਲੀ ਵਾਰੀ ਆ 1999 ਤੋਂ ਬਾਅਦ ਅੱਜ ਪੰਥ ਦੀ ਇੱਕ ਆਵਾਜ਼ ਬਣੀ। ਪੰਥ ਸਾਰਿਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਬਾਦਲ ਦਲ ਨੇ, ਕਾਂਗਰਸ ਨੇ, ਬੀਜੇਪੀ ਨੇ, ਆਪ ਨੇ, ਔਰ ਬੀਜੇਪੀ ਤੇ ਹੁਣ ਪੰਜਾਬ ਨੂੰ ਨਿਗਲਣਾ ਚਾਹੁੰਦੀ ਹੈ। ਸਮਝ ਲੱਗ ਗਈ ਹੈ ਪੰਜਾਬ ਦੇ ਵਾਸੀਆਂ ਨੂੰ, ਇਹ ਪੰਜਾਬ ਸੂਰ ਵੀਰਾਂ ਦੀ, ਬਹਾਦਰਾਂ ਦੀ ਧਰਤੀ ਹੈ, ਇਹ ਕੁਰਬਾਨੀ ਵਾਲੇ ਲੋਕਾਂ ਦੀ ਧਰਤੀ ਹੈ। ਇਸ ਕਰਕੇ ਹੁਣ ਪੰਥ ਦੇ ਹੱਕ ਵਿੱਚ ਫੈਸਲਾ ਹੋਊਗਾ। ਜਿਹੜੇ ਕੁਰਬਾਨੀ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜਾਂ ਜਿਹੜੇ ਪੰਥਕ ਉਮੀਦਵਾਰ ਅੱਜ ਚੋਣ ਮੈਦਾਨ ਵਿੱਚ ਆਏ ਨੇ, ਬੱਚਾ ਬੱਚਾ ਜਿਹੜਾ ਪੰਜਾਬ ਦਾ ਵਾ ਉਹ ਇਹਨਾਂ ਨੂੰ ਵੋਟ ਪਾਵੇ। ਅਸੀਂ ਇਨਸਾਫ ਦੇਵਾਂਗੇ, ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਾਂਗੇ, ਅਸੀਂ ਪੰਜਾਬ ਜਿਹੜੀ ਖੱਡ ਵਿੱਚ ਸਾਰੀਆਂ ਪਾਰਟੀਆਂ ਨੇ, ਏਜੰਸੀਆਂ ਨੇ ਸੁੱਟਿਆ ਹੋਇਆ, ਇਹਨੂੰ ਸਾਫ਼ ਸੁਥਰਾ ਕਰਕੇ ਔਰ ਇਹਨੂੰ ਤਰੱਕੀ ਦੇ ਰਾਹ ਦੇ ਉੱਤੇ ਤੋਰ ਕੇ ਜਿੱਥੇ ਸਾਰੇ ਧਰਮ ਆਜ਼ਾਦ ਰਹਿਣਗੇ, ਅਸੀਂ ਉਹੋ ਜਿਹੀ ਰਾਜਨੀਤੀ ਦਾ ਇੱਥੇ ਜਿਹੜਾ ਉਹ ਪ੍ਰਸਾਰਾ ਕਰਨਾ ਚਾਹੁੰਦੇ। ਸਿੰਘ ਸਾਹਿਬ, ਕੀ ਇਕੱਲਾ ਅੰਮ੍ਰਿਤਪਾਲ ਸਿੰਘ ਜਾਂ ਸੰਦੀਪ ਸਿੰਘ ਸੰਨੀ ਜਿਹੜੇ ਨੇ ਉਹ ਵੀ, ਉਹਨਾਂ ਦੇ ਭਰਾ ਵੀ ਜਿਹੜੇ ਨੇ ਉਹ ਵੀ ਖੜੇ ਨੇ, ਕੀ ਲੱਗਦਾ ਕਿ ਸਾਰਿਆਂ ਲਈ ਅਪੀਲ ਕੀਤੀ ਗਈ ਹੈ ਕਿ ਜਾਂ ਸਾਰਿਆਂ ਲਈ ਅਰਦਾਸ ਕੀਤੀ ਗਈ ਹੈ ਜੀ? ਦੇਖੋ ਗੱਲ ਇਸ ਤਰ੍ਹਾਂ ਵਾ, ਮੈਂ ਜਥੇਦਾਰ ਵਾਂ, ਮੈਂ ਸਮੁੱਚੇ ਪੰਥ ਵਾਸਤੇ ਅਰਦਾਸ ਕਰਨੀ ਹੈ। ਜਿਹੜੇ ਛੋਟੀ ਮੋਟੀਆਂ ਗੱਲਾਂ ਹੈਗੀਆਂ ਨੇ ਇਹ ਪੰਥ ਨੇ ਬੈਠ ਕੇ ਹੱਲ ਕਰ ਲੈਣੀਆਂ, ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈਗਾ। ਅਸੀਂ ਤਾਂ ਜਿਨ੍ਹਾਂ ਨੇ ਪੰਥ ਵਾਸਤੇ ਸਿਰ ਲਾਏ ਨੇ, ਕੁਰਬਾਨੀਆਂ ਦਿੱਤੀਆਂ, ਜਦੋਂ ਜਹਿਦ ਕੀਤੀ ਹੈ, ਜੇਲ੍ਹਾਂ ਕੱਟੀਆਂ, ਕੇਸ ਕੁਆਏ ਨੇ, ਅੱਜ ਵੀ ਪਿੱਛੇ ਨਹੀਂ ਹਟੇ, ਤਸ ਤੋਂ ਮਸ ਨਹੀਂ ਹੋਏ, ਆਪਣੇ ਸਟੈਂਡ 'ਤੇ ਖੜੇ ਨੇ। ਅੱਜ ਕੱਲ੍ਹ ਤੁਸੀਂ ਦੇਖਦੇ ਹੋ ਨਾ ਰਾਜਨੀਤੀ ਦੇ ਵਿੱਚ ਲੋਕਾਂ ਦਾ ਕਿਰਦਾਰ ਕੀ ਰਹਿ ਗਿਆ। ਇੱਕ ਦਿਨ ਦੇ ਵਿੱਚ ਦੋ ਪਾਰਟੀਆਂ ਬਦਲ ਦਿੰਦੇ ਨੇ, ਵੋਟ ਪਾਉਣ ਵਾਲਾ ਕਿਹੜੇ ਬੰਦੇ 'ਤੇ ਇਤਬਾਰ ਕਰੇ? ਇਖਲਾਕ ਖਤਮ ਹੋ ਗਿਆ। ਸੋ ਜਿਹੜੇ ਬੰਦੇ ਅੱਜ ਤੱਕ ਖੜੇ ਰਹੇ ਨੇ, ਹਨੇਰੀ ਆਈ, ਮੀਂਹ ਆਇਆ, ਡੋਲੇ ਨਹੀਂ, ਅੱਜ ਉਹਨਾਂ ਨੂੰ ਅੱਗੇ ਲਿਆਉਣ ਦਾ ਵੇਲਾ। ਉਹਦੇ ਵਾਸਤੇ ਮੈਂ ਕਹਿੰਦਾ ਸਾਰੇ ਵੋਟ ਜਿਹੜੇ ਪੰਥ ਨੂੰ ਪਾਓ। ਤੁਹਾਡੇ ਵੱਲੋਂ ਪਹਿਲਾਂ ਵੀ ਅਪੀਲ ਕੀਤੀ ਗਈ ਸੀ, ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਹਾਸ਼ੀਏ 'ਤੇ ਆਉਂਦਾ ਨਜ਼ਰ ਆ ਰਿਹਾ, ਕਈ ਲੀਡਰ ਜਿਹੜੇ ਨੇ ਉਹ ਛੱਡਦੇ ਹੋਏ ਵੀ ਨਜ਼ਰ ਆ ਰਹੇ ਨੇ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ 'ਤੇ ਇਲਜ਼ਾਮ ਲਗਾਉਂਦੇ ਹੋਏ ਵੀ ਨਜ਼ਰ ਆਉਂਦੇ ਨੇ, ਤਲਵੀਰ ਸਿੰਘ ਗਿੱਲ ਵੱਲੋਂ ਜਿਸ ਤਰ੍ਹਾਂ ਇਲਜ਼ਾਮ ਲਗਾਏ ਗਏ, ਤੁਸੀਂ ਕਿਸ ਤਰ੍ਹਾਂ ਦੇਖ ਲੈਂਦੇ? ਦੇਖੋ, ਜੋ ਕਰੇਗਾ ਉਹ ਭਰੇਗਾ। ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਹੋਵੇ ਹੋਣ ਤਖਤਾਂ ਦੇ ਜਥੇਦਾਰ, ਹੋਵੇ ਅਕਾਲੀ ਦਲ ਦੀ ਸਰਕਾਰ, ਤੇ ਗੁਰੂ ਦੀ ਹੋ ਜਾਵੇ ਬੇਅਦਬੀ, ਉਹਦੇ ਤੇ ਚੁੱਪ ਧਾਰ ਲੈਣੀ
ਉਹਦੇ ਤੇ ਗਲਤ ਫੈਸਲੇ ਦੇਣੇ, ਬਿਨ ਮੰਗੀਆਂ ਮਾਫੀਆਂ ਦੇਣੀਆਂ। ਸ਼੍ਰੋਮਣੀ ਕਮੇਟੀ ਨੇ 97 ਲੱਖ ਦੇ ਇਸ਼ਤਿਹਾਰ ਦੇ ਨੇ ਜਥੇਦਾਰਾਂ ਦਾ ਹੁਕਮਨਾਮਾ ਜਾਰੀ ਕਰਾਉਣ ਵਾਸਤੇ। ਇਹ ਕੀ ਹੈ, ਇਹਨਾਂ ਲੋਕਾਂ ਨੂੰ ਤੁਸੀਂ ਪੰਥ ਦਾ ਹਿੱਸਾ ਨਹੀਂ ਕਹੋਗੇ, ਹੈ ਨਾ। ਇਸ ਕਰਕੇ ਲੋਕਾਂ ਨੇ ਆਪੇ ਪਛਾਣ ਲੈਣਾ ਤੇ ਜਦੋਂ ਬੇੜੀ ਡੁੱਬਦੀ ਹੋਵੇ ਨਾ, ਇੱਥੇ ਹਰਸਿਮਰਤ ਆਈ ਸੀ ਉਸ ਤੋਂ ਪਹਿਲਾਂ ਪਿਛਲੇ ਲੋਕ ਸਭਾ ਦੇ ਇਲੈਕਸ਼ਨ 'ਚ ਮੈਂ ਲੰਬੀ 'ਚ ਅਰਨੀ ਵਾਲੇ ਕਿਹਾ ਸੀ ਕਿ ਵੋਟਾਂ ਜਿਹਨੂੰ ਮਰਜ਼ੀ ਪਾਓ ਪਰ ਸੁਖਬੀਰ ਸਿੰਘ ਬਾਦਲ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਇਹਨੂੰ ਵੋਟ ਨਾ ਪਾਇਓ। ਅਤੇ ਇੱਕ ਗੱਲ ਮੈਂ ਕਿਹਾ ਯਾਦ ਰੱਖਿਓ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਗੁਰੂ ਦੇ ਜਿਵੇਂ ਅੰਗ ਖਿਲਾਰੇ ਨਾ ਖਿਲਰ ਜਾਣਗੇ। ਉਹ ਲਾਈਵ ਜਿਹੜੀ ਗੱਲ ਸੀ ਉਹ ਮੀਡੀਆ 'ਤੇ ਆਈ, ਹਰਸਿਮਰਤ ਹਰਿਮੰਦਰ ਸਾਹਿਬ ਆਈ, ਇੱਥੇ ਆ ਕੇ ਉਹਨੇ ਬਿਆਨ ਦਿੱਤਾ ਕਿ ਜੇ ਅਸੀਂ ਬੇਅਦਬੀ ਕੀਤੀ ਹੈ ਜਾਂ ਸਾਡੇ ਰਾਜ ਵਿੱਚ ਹੋਈ ਹੈ, ਸਾਡਾ ਰਵੇ ਕੱਖ ਨਾ। ਅਰਦਾਸ ਤਾਂ ਪੂਰੀ ਹੋਊਗੀ ਜੀ ਸੱਚੇ ਦਿਲੋਂ, ਜਿਹੜਾ ਭਾਵੇਂ ਮੇਰੀ ਹੋ ਜਾਵੇ ਭਾਵੇਂ ਹਰਸਿਮਰਤ ਦੀ ਹੋ ਜਾਵੇ, ਰਹਿਣਾ ਕੱਖ ਨਹੀਂ ਜਿਹਨੇ ਗੁਰੂ ਗ੍ਰੰਥ ਸਾਹਿਬ 'ਤੇ ਸਿਆਸਤ ਕੀਤੀ। ਲੇਕਿਨ ਸ਼੍ਰੋਮਣੀ ਕਮੇਟੀ 'ਤੇ ਹੁਣ ਇਲਜ਼ਾਮ ਲੱਗ ਰਹੇ ਜੀ ਕਿ ਉਹਨਾਂ ਦੇ ਜਿਹੜੇ ਮੈਨੇਜਰ ਨੇ ਵੋਟੀ ਜਿਹੜੀ ਆ ਉਹ ਅਫੀਮ ਖਾਂਦੇ ਨੇ। ਕੀ ਲੱਗਦਾ ਕਿ ਇੱਕ ਪੰਥਕ ਅਦਾਰਾ ਹੋਵੇ ਤਾਂ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਹੋ, ਪਰ ਉਹਨਾਂ ਦੀ ਪਾਰਟੀ ਦਾ ਹੀ ਨੁਮਾਇੰਦਾ ਜਿਹੜਾ ਦੂਸਰੀ ਪਾਰਟੀ ਜਾਂਦਾ ਉਸ ਤੋਂ ਬਾਅਦ ਉਹਨਾਂ 'ਤੇ ਇਲਜ਼ਾਮ ਲਗਾਉਂਦਾ ਹੋਵੇ? ਦੇਖੋ ਇਹ ਮਾੜੀਆਂ ਕੁਰੀਤੀਆਂ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਾਂ ਸਾਡੇ ਗੁਰੂਆਂ ਦੇ ਫਲਸਫੇ ਨੇ ਹਮੇਸ਼ਾ ਨਸ਼ਿਆਂ ਦਾ ਤੇ ਰੋਕ ਲਾਈ ਹੈ। ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇੱਥੇ ਤਾਂ ਨਾਮ ਦਾ ਨਸ਼ਾ ਹੈ, ਇੱਥੇ ਹੋਰ ਕੋਈ ਨਸ਼ਾ ਕਾਟ ਨਹੀਂ ਕਰਦਾ ਬੰਦੇ ਨੂੰ। ਜਿਹੜਾ ਗੁਰੂ ਦਾ ਸਿੱਖ ਆ ਜਦੋਂ ਬਾਣੀ ਪੜ੍ਹਦਾ ਨਾ ਤੇ ਅਰਦਾਸ ਕਰਦਾ ਵਾ, ਫਿਰ ਉਹ 125,000 ਨਾਲ ਲੜਨ ਦੀ ਜ਼ੁਰਤ ਰੱਖਦਾ ਵਾ, ਉਹ ਨਸ਼ੇ ਨੇ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।